नमस्कार खबरਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾ ਗੀਤਾ ਸਖ세ਨਾ ਪਹਿਲਾ ਪੇਸ਼ ਨੇ ਚੁਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਵਿਖੇ 28540 ਕਰੋੜ ਰੁਪਏ ਦੇ 6 ਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਦੇਸ਼ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੇ ਮਜ਼ਬੂਤੀ ਲਈ ਵਚਨਬੱਧਤਾ ਦੁਹराई ਪ੍ਰਧਾਨ ਮੰਤਰੀ ਮੋਦੀ 29 ਮਈ ਨੂੰ ਆਪਣੇ ਬਹੁ ਚਰਚਿਤ ਪ੍ਰੋਗਰਾਮ 'ਮਨ ਦੀ ਬਾਤ' ਵਿੱਚ ਦੇਸ਼ਵਾਸਿਆ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨ ਦੇ سرمਾਇਕਰਨ ਨੂੰ ਪੰਜਾਬ ਦੇ سرمਾਈਕਾਰੀ ਦਾ ਸਰਤਾ ਜਕਾਰਤਾ ਵਿੱਚ ਖੇਡੇ ਗਏ ਹਾਕੀ ਏਸ਼ੀਆ ਕੱਪ ਦੇ ਇੱਕ ਮੈਚ ਵਿੱਚ ਭਾਰਤ ਨੇ ਇੰਡੋਨੇਸ਼ੀਆ ਨੂੰ 16-0 ਨਾਲ ਹਰਾਇਆ ਇਹ ਖਬਰਾਂ ਵਿਸਥਾਰ ਨਾਲ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਨਈ ਵਿਖੇ ਇੱਕ ਸਮਾਗਮ ਦੌਰਾਨ 28540 ਕਰੋੜ ਰੁਪਏ ਦੇ 6 ਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਨੇ 2960 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ 5 ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹਨਾਂ ਸਾਰੇ 11 ਪ੍ਰੋਜੈਕਟਾਂ ਦੀ ਕੁੱਲ ਲਾਗਤ 31500 ਕਰੋੜ ਰੁਪਏ। ਇਹ ਜਿਨ੍ਹਾਂ ਪ੍ਰੋਜੈਕਟਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਉਹਨਾਂ ਵਿੱਚ ਤੰਬਰਮ ਅਤੇ ਚੰਗਲਪਟੂ ਨੂੰ ਜੋੜਨ ਵਾਲੀ ਤੇਜੀ ਬ੍ਰੌਡਗੇਜ ਲਾਈਨ ਵੀ ਸ਼ਾਮਲੇ ਇਸ ਤੋਂ ਇਲਾਵਾ ਤਾਮਿਲਨਾਡੂ ਆਂਧਰਾਪ੍ਰਦੇਸ਼ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਨੂੰ ਜੋੜਨ ਵਾਲੇ 14870 ਕਰੋੜ ਦੀ ਲਾਗਤ ਦੇ ਚੇਨਈ ਬੈਂਗਲੁਰੂ ਐਕਸਪ੍ਰੈਸ ਵੀ ਦਾ ਨੀ ਪੱਥਰ ਵੀ ਰੱਖਿਆ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਾਮਿਲਨਾਡੂ ਦਾ ਸੱਭਿਆਚਾਰ ਅਤੇ ਭਾਸ਼ਾ ਬੇਮਿਸਾਲ ਹੈ ਤੇ ਤਾਮਿਲਨਾਡੂ ਵਿੱਚ ਮਨਾਏ ਜਾਣ ਵਾਲੇ ਪੋਂਗਲ ਅਤੇ ਪੁਥੁੰਡੂ ਤਿਹਾਰਾਂ ਦੀ ਗੂੰਜ ਕੈਨੇਡਾ, ਮਲੇਸ਼ੀਆ, ਨਿਊਯਾਰਕ ਅਤੇ ਦੱਖਣੀ ਅਫਰੀਕਾ ਤੱਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਇਤਿਹਾਸ ਨੇ ਸਾਨੂੰ ਇਹ ਸਿਖਾਇਆ ਹੈ ਕਿ ਜਿਨ੍ਹਾਂ ਰਾਸ਼ਟਰਾਂ ਨੇ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਹੈ ਉਹਨਾਂ ਰਾਸ਼ਟਰਾਂ ਨੇ ਵਿਕਾਸਸ਼ੇਲ ਦੇਸ਼ਾਂ ਤੋਂ ਵਿਕਸਿਤ ਦੇਸ਼ਾਂ ਵੱਲ ਆਪਣਾ ਕਦਮ ਪਤਾਇਆ ਹੈ। ਉਹਨੇ ਕਿਹਾ ਕਿ ਉਹਨਾਂ ਦੀ ਸਰਕਾਰ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਇਸ ਦੀ ਉੱਚ ਗੁਣਵੱਤਾ ਤੇ ਸਥਿਰਤਾ ਲਈ ਦੇਸ਼ ਦਾ ਸਭ ਤੋਂ ਵੱਡਾ ਡਰੋਨ ਫੈਸਟੀਵਲ ਪਰ ਡਰੋਨ ਮਹੋਤਸਵ 2022 ਹੁਣ ਤੋਂ ਥੋੜੀ ਦੇਰ ਬਾਅਦ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਦਿਨਾਂ ਤੱਕ ਚੱਲਣ ਵਾਲੇ ਇਸ ਭਾਰਤ ਡਰੋਨ ਮਹੋਤਸਵ ਦੀ ਸ਼ੁਰੂਆਤ ਕੀਤੀ। ਜਿਸ ਵਿੱਚ 1600 ਤੋਂ ਵੱਧ ਨੁਮਾਇੰਦੇ ਹਿੱਸਾ ਲੈ ਰਹੇ ਨੇ ਜਿਨ੍ਹਾਂ ਵਿੱਚ ਉਦਯੋਗ ਜਗਤ ਦੀਆਂ ਕਈ ਹਸਤੀਆਂ ਸਰਕਾਰੀ ਅਧਿਕਾਰੀ ਵਿਦੇਸ਼ੀ ਰਾਜਦੂਤ ਜਨਤਕ ਉਪਕਰਮ ਅਤੇ ਨਿੱਜੀ ਕੰਪਨੀਆਂ ਦੇ ਨੁਮਾਇੰਦੇ ਅਤੇ ਸਟਾਰਟਅਪਸ ਸ਼ਾਮਲ ਨੇ। ਇਸ ਡਰੋਨ ਮਹੋਤਸਵ ਦੌਰਾਨ ਪਾਰਤੀ ਹਵਾਬਾਜ਼ੀ ਖੇਤਰ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਪ੍ਰਦਰਸ਼ਨੀ ਵਿੱਚ 70 ਤੋਂ ਵੱਧ ਪਾਰਕੀਤਾਰ ਆਪਣੇ ਡਰੋਨਾਂ ਦਾ ਪ੍ਰਦਰਸ਼ਨ ਕਰਨਗੇ ਮਹੋਤਸਵ ਦੌਰਾਨ ਡਰੋਨ ਪਾਇਲਟਾਂ ਨੂੰ ਤਸਦੀਕ ਪੱਤਰ ਦੇ ਕੇ ਸਨਮਾਨਿਤ ਕਰਨ ਡਰੋਨ ਦੇ ਵੱਖ-ਵੱਖ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਡਰੋਨ ਜਹਾਜ਼ਾਂ ਦੀ ਉਡਾਣ ਅਤੇ ਸਵਦੇਸ਼ੀ ਡਰੋਨ ਟੈਕਸੀ ਨੂੰ ਪ੍ਰਦਰਸ਼ਿਤ ਕਰਨ ਵਰਗੇ ਪ੍ਰੋਗਰਾਮ ਵੀ ਹੋਣਗੇ உபராஷ்டபதிக்காயடு தீ மைத் சத்து ஜூன் த ਗੈਬੌਨ ਸੇਨੇਗਲ ਅਤੇ ਕਤਰ ਦੇ ਆਪਣੇ ਸਰਕਾਰੀ ਦੌਰੇ ਤੇ ਜਾਣਗੇ ਉਹਨਾਂ ਨਾਲ ਇੱਕ ਉੱਚ ਪਦਰੀ ਵਫ਼ਦ ਵੀ ਜਾ ਰਿਹਾ ਹੈ ਇਸ ਵਫ਼ਦ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਭਾਰਤੀ ਪਵਾਰ ਅਤੇ ਤਿੰਨ ਸੰਸਦ ਵਿਸ਼ਾਮਲੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਾ ਤਿੰਨਾ ਦੇਸ਼ਾਂ ਦੇ ਉਪ ਰਾਸ਼ਟਰਪਤੀ ਦੀ ਇਹ ਪਹਿਲੀ ਯਾਤਰਾ ਹੋਵੇਗੀ ਉਪ ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਭਾਰਤ ਅਤੇ ਇਹਨਾਂ ਤਿੰਨਾਂ ਦੇਸ਼ਾਂ ਵਿਚਾਲੇ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਹੋਰ ਕਈ ਮੁੱਦਿਆਂ ਤੇ ਵੀ ਗੱਲਬਾਤ ਕਰਨਗੇ ਉਹਨਾਂ ਦੀ ਕਤਰ ਦੀ ਯਾਤਰਾ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੀ ਪੰਜਾਬੀ ਵਰੇਗੜਾ ਸਬੰਧਤ ਸਮਾਰੋਹ ਦੀ ਤਿਆਰੀ ਨਾਲ ਵੀ ਜੁੜੀ ਹੋਈ ਹੈ ਭਾਰਤੀ ਵਫਦ ਵੱਲੋਂ ਇਹਨਾਂ ਦੇਸ਼ਾਂ ਦੀ ਯਾਤਰਾ ਦੌਰਾਨ ਕਈ ਸਮਝੌਤੇ ਤੇ ਸਹੀ ਪਾਈ ਜਾਣ ਦੀ ਵੀ ਸੰਭਾਵਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਮਈ ਨੂੰ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੋਣ ਵਾਲੇ ਬਹੁਤ ਚਰਚਿਤ ਪ੍ਰੋਗਰਾਮ ਮਨ ਦੀ ਬਾਤ ਤਹਿਤ ਲੋਕਾਂ ਦੇ ਨਾਲ ਵਿਚਾਰ ਸਾਂਝਾ ਕਰਨਗੇ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਧਾਨ ਮੰਤਰੀ ਵੱਖ-ਵੱਖ ਮੁੱਦਿਆਂ ਦੇ ਚਰਚਾ ਤੋਂ ਇਲਾਵਾ ਆਪਣੀ ਸਰਕਾਰ ਦੇ ਪ੍ਰੋਗਰਾਮਾਂ ਨੀਤੀਆਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਲੱਖਣ ਕੰਮ ਕਰਨ ਵਾਲੇ ਲੋਕਾਂ ਬਾਰੇ ਵਿਚਾਰ ਚਰਚਾ ਕਰਦੇ ਨੇ ਜਿਸ ਕਰਕੇ ਇਹ ਪ੍ਰੋਗਰਾਮ ਕਾਫੀ ਹਰਮਨ ਪਿਆਰਾ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਟਵੀਟ ਵਿੱਚ ਕਿਹਾ ਕਿ ਅਗਲੇ ਹਫਤੇ ਪ੍ਰਸਾਰਿਤ ਹੋਣ ਵਾਲੇ ਮਨ ਦੀ ਬਾਤ ਪ੍ਰੋਗਰਾਮ ਲਈ ਉਹਨਾਂ ਨੂੰ ਕਈ ਇਨਪੁਟਸ ਮਿਲ ਰਹੀਆਂ ਨੇ ਉਹਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਯੁਵਾ ਵਰਗ ਵੱਡੀ ਗਿਣਤੀ ਵਿੱਚ ਮਨ ਦੀ ਬਾਤ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਪ੍ਰਧਾਨ ਮੰਤਰੀ ਨੇ ਟਵੀਟ ਰਾਹੀਂ ਪਿਛਲੇ ਮਹੀਨੇ ਦੇ ਮਨ ਕੇ ਬਾਤ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਗਏ ਵਿਸ਼ਿਆਂ ਤੇ ਦਿਲਚਸਪ ਲੇਖਾਂ ਬਾਰੇ ਇੱਕ ਲਿੰਕ ਵਿੱਚ ਸਾਂਝਾ ਕੀਤਾ ਨਾਗਰਿਕ ਮਨ ਦੀ ਬਾਤ ਪ੍ਰੋਗਰਾਮ ਲਈ ਆਪਣੇ ਸੁਝਾਅ ਮਾਈ ਜੀਓਵੀ ਅਤੇ ਨਮੋ ਐਪ ਤੇ ਪੇਸ਼ ਕਰ ਸਕਦੇ ਨੇ ਜਾਂ ਫਿਰ 1800 11 7800 ਤੇ ਵਿਚਾਰ ਰਿਕਾਰਡ ਵੀ ਕਰਵਾਏ ਜਾ ਸਕਦੇ ਨੇ ਇਸ ਤੋਂ ਇਲਾਵਾ 1922 ਨੰਬਰ ਤੇ ਮਿਸਡ ਕਾਲ ਰਾਹੀਂ ਮਿਲਣ ਵਾਲੇ ਲਿੰਕ ਤੇ ਐਸਐਮਐਸ ਭੇਜ ਕੇ ਵੀ ਸਿੱਧੇ ਪ੍ਰਧਾਨ ਮੰਤਰੀ ਤੱਕ ਸੁਝਾਅ ਭੇਜੇ ਜਾ ਸਕਦੇ ਨੇ ਮਨ ਦੀ ਬਾਤ ਪ੍ਰੋਗਰਾਮ ਦਾ ਪ੍ਰਸਾਰਣ 25 ਮਈ ਨੂੰ ਸਵੇਰੇ 11 ਵਜੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਚੈਨਲ ਅਤੇ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ। ਹਿੰਦੀ ਵਿੱਚ ਇਸ ਪ੍ਰਸਾਰਣ ਦੇ ਤੁਰੰਤ ਬਾਅਦ ਦਰਸ਼ਕ ਖੇਤਰੀ ਭਾਸ਼ਾਵਾਂ ਵਿੱਚ ਮਨ ਕੀ ਬਾਤ ਪ੍ਰੋਗਰਾਮ ਵੇਖ ਸਕਦੇ ਨੇ। ਡੀਡੀ ਪੰਜਾਬੀ ਤੇ ਮਨ ਕੀ ਬਾਤ ਪ੍ਰੋਗਰਾਮ ਦਾ ਪੰਜਾਬੀ ਰੂਪਾਂਤਰ ਉਸੇ ਦਿਨ ਰਾਤ 8 ਵਜੇ ਪ੍ਰਸਾਰਿਤ ਹੋਵੇਗਾ। ਕੋਵਿਡ-19 ਮਹਾਮਾਰੀ ਵਿਰੁੱਧ ਭਾਰਤ ਵਿੱਚ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਟਿਕਾਕਰਨ ਮੁਹਿੰਮ ਨੇ 192 ਕਰੋੜ 50 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦੇਣ ਦਾ ਅੰਕੜਾ ਪਾਰ ਕਰ ਲਿਆ ਹੈ। 12 ਲੱਖ ਤੋਂ ਵੱਧ ਟੀਕਾ ਖੁਰਾਕਾਂ ਬੀਤੇ 1 ਦਿਨ ਵਿੱਚ ਦਿੱਤੀਆਂ ਗਈਆਂ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੱਸਿਆ ਕਿ 12 ਤੋਂ 14 ਸਾਲ ਦੀ ਉਮਰ ਤੱਕ ਦੇ 4 ਕਰੋੜ 88 ਲੱਖ ਤੋਂ ਵੱਧ ਬੱਚਿਆਂ ਨੂੰ ਇਹ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। ਮੰਤਰਾਲੇ ਅਨੁਸਾਰ ਸਿਹਤ ਦੇਖਭਾਲ ਕਰਮਚਾਰੀਆਂ, ਫਰੰਟਲਾਈਨ ਵਰਕਰਾਂ ਤੇ 18 ਸਾਲ ਤੋਂ ਵੱਧ ਉਮਰ ਦੇ 3 ਕਰੋੜ 40 ਲੱਖ ਤੋਂ ਵੱਧ ਲੋਕਾਂ ਨੂੰ ਇਹਿਤਿਆਤੀ ਖੁਰਾਕਾਂ ਦਿੱਤੀਆਂ ਜਾ ਚ ਕੇਂਦਰੀ ਖਪਤਕਾਰ ਮਾਮਲਿਆਂ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਈ-ਕਾਮਰਸ ਪਲੇਟਫਾਰਮਾਂ ਤੇ ਝੂਠੀਆਂ ਸਮੀਖਿਆਵਾਂ ਦਾ ਮਾਮਲਾ ਕੇਂਦਰ ਦੇ ਰਡਾਰ ਦੀਨੇ ਖਪਤਕਾਰ ਮਾਮਲਾ ਵਿਭਾਗ ਅੱਜ ਈ-ਕਾਮਰਸ ਪਲੇਟਫਾਰਮਾਂ 'ਤੇ ਜਾਲੀ ਸਮੀਖਿਆਵਾਂ 'ਤੇ ਤਿੱਬਰਤਾ ਦਾ ਪਤਾ ਲਗਾਉਣ ਲਈ ਵੱਖ-ਵੱਖ ਹਿੱਸੇਦਾਰਾਂ ਨਾਲ ਇੱਕ ਵਰਚੁਅਲ ਮੀਟਿੰਗ ਕਰੇਗਾ ਜੋ ਖਪਤਕਾਰਾਂ ਨੂੰ ਆਨਲਾਈਨ ਸੇਵਾਵਾਂ 'ਵਾਂ ਜਾਂ ਉਤਪਾਦਨ ਖਰੀਦਣ ਲਈ ਗੁੰਮਰਾਹ ਕਰਦੇ ਨੇ ਅਤੇ ਇਹਨਾਂ ਲਈ ਇੱਕ ਰੋਡ ਮੈਪ ਤਿਆਰ ਕਰਦੇ ਨੇ ਇਹ ਚਰਚਾ ਵਿਆਪਕ ਤੌਰ 'ਤੇ ਖਪਤਕਾਰਾਂ ਦੇ ਪੈੜ ਵਾਲੇ ਜਾਲੀ ਅਤੇ ਗੁੰਮਰਾਹਕੁੰਨ ਸਮੀਖਿਆਵਾਂ ਦੇ ਪ੍ਰਭਾਵ ਨੂੰ ਰੋਕਣ ਲਈ ਜੋ ਕਿ ਜਾਣ ਵਾਲੇ ਕਦਮਾਂ ਤੇ ਆਧਾਰਿਤ ਹੋਵੇਗੀ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਕਈ ਈ-ਕਾਮਰਸ ਕੰਪਨੀਆਂ ਨੂੰ ਪੱਤਰ ਲਿਖਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਰਮਨ ਦੇ سرمایہਕਾਰਾਂ ਨੂੰ ਸੂਬੇ ਵਿੱਚ سرمایہਕਾਰੀ ਦਾ ਸਦਾ ਦਿੰਦਿਆਗੇ ਹੈ ਕਿ ਸੂਬੇ ਵਿੱਚ ਉਦਯੋਗਿਕ ਅਤੇ ਕਾਰੋਬਾਰ ਦੀ ਤਰੱਕੀ ਲਈ ਬਦੇਰੇ ਮੌਕੇ ਨੇ ਚੰਡੀਗੜ੍ਹ ਵਿੱਚ ਆਪਣੇ ਰਿਹائش ਤੇ ਮੁਲਾਕਾਤ ਕਰਨ ਵਾਲੇ ਜਰਮਨ ਅੰਬੈਸੀ ਦੇ ਆਰਥਿਕ ਅਤੇ ਗਲੋਬਲ ਮਾਮਲੇ ਦੇ ਮੰਤਰੀ ਡਾਕਟਰ ਸਟੀਫਨ ਕੋਚ ਅਤੇ ਭਾਰਤੀ ਵਿੱਚ ਜਰਮਨੀ ਦੇ ਊਰਜਾ ਮੁਖੀ ਡਾਕਟਰ ਵਿੰ ਫਰਾਈ ਡੈਮ ਨਾਲ ਗਲਬਾਤ ਦੌਰਾਨ ਮੰਨੇ ਕਿਹਾ ਕਿ ਜਰਮਨੀ ਦੀ ਇੰਜੀਨੀਅਰਿੰਗ ਊਰਜਾ ਅਤੇ ਬਾਇਓਮਾਸ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਮਹਾਰਤ ਹੈ ਅਤੇ ਇਨ੍ਹਾਂ ਖੇਤਰਾਂ ਦੇ ਵਿੱਚ ਸਹਿਯੋਗ ਨਾਲ ਪੰਜਾਬ ਦੀ ਤਰੱਕੀ ਅਤੇ ਵਿਕਾਸ ਦੇ ਨਵੇਂ ਮੌਕੇ ਬਣਨਗੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਉਦਯੋਗਿਕ ਵਿਕਾਸ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਲਈ ਪੂਚਨ ਬਾਤ ਦੇ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਉਦਯੋਗਾਂ ਦੀ ਸਥਾਪਨਾ ਵਿਸ਼ੇਸ਼ ਤੌਰ ਤੇ ਜਰਮਨ ਦੇ ਉਦਯੋਗਾਂ ਲਈ ਇੱਕ ਕਲਸਟਰ ਬਣਾਉਣ ਲਈ ਤਿਆਰੀ ਹੈ ਉਹਨਾਂ ਦੱਸਿਆ ਕਿ ਜਰਮਨ ਦੇ سرمایہਕਾਰਾਂ ਦੇ ਕਈ ਮਹੱਤਵਪੂਰਨ ਪ੍ਰੋਜੈਕਟ ਪਹਿਲਾਂ ਦੀ pipeline which name ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦੀ ਨੀਤੀ ਤਹਿਤ ਕਈ ਵਿਭਾਗਾਂ ਵਿੱਚ ਨੌਕਰੀ ਲਈ ਨਿਯੁਕਤੀ ਪੱਤਰ ਸੌਂਪੇ ਗਏ ਨੇ ਇੱਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਇਸ ਨੀਤੀ ਤਹਿਤ 22 ਨੌਜਵਾਨਾਂ ਨੂੰ ਲੋਕ ਨਿਰਮਾਣ ਵਿਭਾਗ ਵਿੱਚ ਸਬ ਡਿਵੀਜ਼ਨਲ ਇੰਜੀਨੀਅਰਾਂ ਦੀ ਅਸਾਮੀ ਦੇ ਨਿਯੁਕਤੀ ਪੱਤਰ ਸੌਂਪੇ ਗਏ ਨੇ ਇਸੇ ਤਰ੍ਹਾਂ 22 ਲਾਪਾਤਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਤਰਸ ਦੇ ਅਧਾਰ ਤੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ ਬੁਲਾਰੇ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਦੇ ਨਾਲ ਲੋਕ ਨਿਰਮਾਣ ਵਿਭਾਗ ਤੇ ਸਿੱਖਿਆ ਵਿਭਾਗ ਦੇ ਕੰਮਕਾਜ ਵਿੱਚ ਤੇਜ਼ੀ ਆ ਪੰਜਾਬ ਸਰਕਾਰ ਨੇ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਰਾਸ਼ਟਰੀ ਕ੍ਰਿਕਟ ਟੀਮ ਵਿੱਚ ਸ਼ਾਮਲ ਕੀਤੇ ਜਾਣ ਤੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਉਹਨਾਂ ਨੂੰ ਵਧਾਈ ਦਿੱਤੀ ਹੈ। ਸਵੇਰੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਲ ਪੰਜਾਬ ਪਵਨ ਵਿੱਚ ਅਰਸ਼ਦੀਪ ਦੇ ਅਤੇ ਉਹਨਾਂ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ। ਮੰਤਰੀ ਨੇ ਇਸ ਮੌਕੇ ਕਿਹਾ ਕਿ ਲਗਨ ਅਤੇ ਸਖਤ ਮਿਹਨਤ ਕਦੇ ਵੀ ਜ਼ਾਇਆ ਨਹੀਂ ਜਾਂਦੀ। ਉਹਨਾਂ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਹੁਣ ਰਣਜੀ ਟਰਾਫੀ ਵਿੱਚ ਹੋਰ ਬਿਹਤਰ ਕਾਰਗੁਜ਼ਾਰੀ ਦਿਖਾਏਗਾ। ਭਾਰਤ ਨੇ এਸ਼ੀਆ ਕੱਪ ਹਾਕੀ ਦੀਆਂ ਪਹਿਲੀਆਂ ਚਾਰ ਟੀਮਾਂ ਯਾਨੀ ਕਿ ਸੁਪਰ 4 ਵਿੱਚ ਆਪਣੀ ਥਾਂ ਬਣਾ ਲਈ ਹੈ ਇండోਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਆਪਣੇ ਆਖਰੀ ਲੀਗ ਮੈਚ ਵਿੱਚ ਭਾਰਤ ਨੇ ਮੇਜ਼ਬਾਨ ਇండోਨੇਸ਼ੀਆ ਨੂੰ 16-0 ਦੇ ਵੱਡੇ ਫਰਕ ਨਾਲ ਹਰਾਉਂਦਿਆਂ ਪੂਲੇ ਵਿੱਚ ਦੂਜੀ ਥਾਂ ਹਾਸਲ ਕਰ ਲਈ ਹੈ ਕੱਲ ਹੋਏ ਇੱਕ ਹੋਰ ਮੁਕਾਬਲੇ ਵਿੱਚ ਆਪਾਨ ਨੇ ਪਾਕਿਸਤਾਨ ਨੂੰ 2 ਦੇ ਮੁਕਾਬਲੇ 3 ਗੋਲਾਂ ਨਾਲ ਹਰਾਇਆ ਤੇ ਗੋਲਾਂ ਦੇ ਫਰਕ ਦੇ ਆਧਾਰ ਤੇ ਪਾਕਿਸਤਾਨ ਦੀ ਟੀਮ ਤੀਜੀ ਥਾਂ ਤੇ ਰਹੀ ਇਸਨਾਲੀ ਖਬਰਾਂ ਦਾ ਹੈ ਬੁਲੇਟਿਨ ਖਤਮ ਹੁੰਦਾ ਹੈ ਤੇ ਹੁਣ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ ਤਾਂ ਤੁਸੀਂ ਵੀ ਕਰੋ ਬਾਹਰ ਨਿਕਲਣਾ ਲੱਗਿਆ ਮਾਸਕ ਜ਼ਰੂਰ ਪਹਿਨੋ ਇਜਾਜ਼ਤ ਦਿਓ ਨਮਸਕਾਰ